ਤੁਸੀਂ ਵੇਖ ਰਹੇ ਹੋ ਫੈਕ ਨਿਊਜ਼ ਤੇ ਮੈਂ ਸਿਮਰਨ ਧਾਲੀਵਾਲ। ਅੰਮ੍ਰਿਤਸਰ ਦਾ ਗੁਰੂ ਨਾਨਕ ਦੇਵ ਹਸਪਤਾਲ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ ਗਿਆ। ਜੀ ਹਾਂ, ਉਸ ਹਸਪਤਾਲ ਦੇ ਉੱਤੇ ਦੋਸ਼ ਲਗਾਏ ਗਏ ਹਨ ਕਿ ਬਜ਼ੁਰਗ ਔਰਤ ਨੂੰ ਉਹਨਾਂ ਦੇ ਵੱਲੋਂ ਖੱਜਲ ਖੁਆਰ ਕੀਤਾ ਗਿਆ। ਜੀ ਹਾਂ, ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਜੋ ਅਕਸਰ ਹੀ ਵਿਵਾਦਾਂ ਦੇ ਵਿੱਚ ਰਹਿੰਦਾ ਹੈ, ਤਾਂ ਇੱਕ ਹੋਰ ਵਿਵਾਦ ਦੇ ਵਿੱਚ ਫਸਦਾ ਹੋਇਆ ਨਜ਼ਰ ਆ ਰਿਹਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਵਿਵਾਦ ਦੀ ਜੇ ਗੱਲ ਕੀਤੀ ਜਾਵੇ ਤਾਂ ਗੁਰੂ ਨਾਨਕ ਦੇਵ ਹਸਪਤਾਲ ਦੇ ਬੇਬੇ ਨਾਨਕੀ ਵਿੱਚ ਇੱਕ ਬੱਚੀ ਦੀ ਚੋਰੀ ਕਾਰਨ ਇਹ ਹਸਪਤਾਲ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਸੀ। ਜਿਸ ਤੋਂ ਬਾਅਦ ਇੱਕ ਹੋਰ ਵਿਵਾਦ ਗੁਰੂ ਨਾਨਕ ਦੇਵ ਹਸਪਤਾਲ ਦੇ ਨਾਲ ਜੁੜਦਾ ਹੋਇਆ ਨਜ਼ਰ ਆ ਰਿਹਾ, ਜਿੱਥੇ ਕਿ ਇੱਕ ਬੱਚੇ ਦੇ ਇਲਾਜ ਦੇ ਦੌਰਾਨ ਮੌਤ ਹੋਈ ਸੀ। ਉੱਥੇ ਹੁਣ ਇੱਕ ਨਵਾਂ ਮਾਮਲਾ ਵਿਵਾਦ ਦੇ ਵਿੱਚ ਹੈ, ਜਿੱਥੇ ਕਿ ਹਸਪਤਾਲ ਦੇ ਨਾਲ ਜੁੜਦਾ ਹੋਇਆ ਨਜ਼ਰ ਆ ਰਿਹਾ, ਜਿੱਥੇ ਇੱਕ ਔਰਤ ਬਜ਼ੁਰਗ ਔਰਤ ਨੂੰ ਆਪਣੇ ਇਲਾਜ ਲਈ ਖੱਜਲ ਖੁਆਰ ਹੋਣਾ ਪਿਆ। ਇਹ ਖੱਜਲ ਖੁਆਰੀ ਘੱਟ ਤੋਂ ਘੱਟ 3 ਘੰਟੇ ਲਈ ਚੱਲਦੀ ਰਹੀ, ਜਿਸ ਤੋਂ ਬਾਅਦ ਬਜ਼ੁਰਗ ਔਰਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਧਰਨਾ ਲਗਾ ਕੇ ਆਪਣਾ ਰੋਸ ਜ਼ਾਹਿਰ ਕੀਤਾ ਗਿਆ। ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਮ੍ਰਿਤਸਰ ਦਾ ਗੁਰੂ ਨਾਨਕ ਦੇਵ ਹਸਪਤਾਲ, ਜਿਸ ਨੂੰ PGI ਦੀ ਤਰਜ਼ 'ਤੇ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ, ਲੇਕਿਨ ਇਸ ਦੇ ਹਸਪਤਾਲ ਦੇ ਲਗਾਤਾਰ ਹਾਲਾਤ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਹਨ। ਡਾਕਟਰ ਇਸ ਵਿੱਚ ਲਗਾਤਾਰ ਕੁਤਾਈ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਇੱਕ ਬਜ਼ੁਰਗ ਔਰਤ ਜੋ ਕਿ ਆਪਣੇ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਪਹੁੰਚੀ, ਉਹ ਆਪਣੇ ਮੈਡੀਕਲ ਇਸ਼ੂਜ਼ ਨੂੰ ਲੈ ਕੇ ਡਾਕਟਰ ਦੇ ਕੋਲ ਪਹੁੰਚੀ, ਲੇਕਿਨ ਡਾਕਟਰਾਂ ਵੱਲੋਂ ਬਾਰ ਬਾਰ ਉਸ ਨੂੰ ਕਦੀ ਕਿਸੇ ਵਾਰਡ ਦੇ ਵਿੱਚ ਭੇਜਿਆ ਜਾ ਰਿਹਾ ਸੀ, ਕਦੀ ਕਿਸੇ ਵਾਰਡ ਦੇ ਵਿੱਚ ਭੇਜਿਆ ਜਾ ਰਿਹਾ ਸੀ, ਜਿਸ ਕਰਕੇ ਉਸਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਤੁਹਾਨੂੰ ਸੁਣਾਉਂਦੇ ਹਾਂ ਕਿ ਇਸ ਪੂਰੇ ਮਾਮਲੇ ਬਾਰੇ ਪੀੜਤ ਔਰਤ ਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ। ਮੇਰਾ ਨਾਮ ਪਰਮਜੀਤ ਕੌਰ। ਪਰਮਜੀਤ ਜੀ, ਕੀ ਹੋਇਆ ਤੁਹਾਨੂੰ? ਮੇਰੇ ਆ ਲੱਕ ਦੀ ਤੇ ਧੜ ਦੀ ਪ੍ਰੋਬਲਮ ਆ। ਕਿੰਨੀ ਦੇਰ ਤੋਂ ਘੁੰਮਦੇ ਫਿਰਦੇ ਚੱਲਦੇ? ਹੁਣ 3-4 ਘੰਟੇ ਹੋ ਚੱਲੇ ਆ। ਡਾਕਟਰ ਇਲਾਜ ਨਹੀਂ ਕਰਦੇ ਵੇ? ਇਲਾਜ ਕਰਦੇ ਕੀ ਆ, ਟੀਕੇ ਲਾ ਲਾ ਸਵਾਈ ਜਾਂਦੇ ਆ, ਫਰਕ ਕੋਈ ਪਿਆ ਨਹੀਂ ਗਾ। ਤੇ ਉਧਰੋਂ ਛੁੱਟੀ ਦੇ ਕੇ ਤੇ ਹੱਡੀਆਂ ਵਾਲੇ ਪਾਸੇ ਘੱਲ ਦਿੱਤਾ। ਹੱਡੀਆਂ ਵਾਲੇ ਹੁਣ ਲੈ ਨਹੀਂ ਡੇ, ਧੱਕੇ ਖਾਂਦੇ ਪਿੰਡੇ ਰੇੜੀ ਤੇ ਪੈ ਕੇ। ਨਹੀਂ ਸਹੀ, ਮੈਨੂੰ ਇਲਾਜ ਹੋਣਾ ਚਾਹੀਦਾ ਮੇਰਾ। ਮੈਡੀਸਨ ਚ ਦਾਖਲ ਸੀ ਤੇ ਉਹਨਾਂ ਰੈਫਰ ਕੀਤਾ ਹੱਡੀਆਂ ਵਾਲੀ ਵਾਰਡ ਚ, ਠੀਕ, 107 ਨੰਬਰ ਚ, 117 ਨੰਬਰ ਚ। ਤੇ ਉੱਥੋਂ ਗਏ ਆ ਤੇ ਉੱਥੋਂ ਮੁੜ ਕੇ ਕਹਿੰਦੇ 102 ਚ ਜਾਓ, 102 ਚ ਗਏ ਆ ਤੇ ਉਹ ਕਹਿੰਦੇ 117 ਚ ਜਾਓ, ਠੀਕ ਹੈ। ਏਦਾਂ ਸਾਨੂੰ ਖੱਜਾ ਖਰਾਬ ਕੀਤਾ ਜਾ ਰਿਹਾ ਬਹੁਤ ਜ਼ਿਆਦਾ। ਤੇ ਅਸੀਂ ਗਏ ਹਾਂ ਤੇ ਮੁੜ ਕੇ ਅਸੀਂ ਕਿਹਾ ਇੱਕ ਬੈਡ ਦੇ ਦਿਓ ਸਾਨੂੰ ਤੇ ਮਰੀਜ਼ ਦਾਖਲ ਕਰ ਲਈਏ, ਤੇ ਕਹਿੰਦੇ ਦਾਖਲ ਨਹੀਂ ਕੀਤਾ ਜਾਊਗਾ ਤੇ ਤੁਸੀਂ ਘਰੇ ਲਿਓ ਤੇ ਕੱਲ ਦਾਖਲ ਕੀਤਾ ਜਾਊਗਾ। ਕਾਰਨ ਪਤਾ ਨਹੀਂ ਸਰ ਜੋ ਕਿਉਂ ਕਹਿ ਰਹੇ ਆ, ਤੇ ਉਹ ਕਹਿੰਦੇ ਡਾਕਟਰ ਸਾਹਿਬ ਨਹੀਂ ਹੈਗੇ, ਕਿੰਨਾ ਇਹਨਾਂ ਨੂੰ ਦੇਖਿਆ ਆ ਤੇ ਉਹ ਆਊਗੇ ਤੇ ਕੱਲ ਫਿਰ ਹੋਊਗਾ ਦਾਖਲ। ਉਹ ਸਰ ਬੋਲਦੇ ਨੀ ਪਏ, ਕੋਈ ਮੀਡੀਆ ਨਾਲ ਗੱਲ ਕਰਾਈ ਆ, ਭਾਜੀ ਆਉਂਦੇ ਮੀਡੀਆ ਵਾਲੇ ਉਹਨਾਂ ਨਾਲ ਗੱਲ ਕਰਾਈ ਆ, ਡਾਕਟਰ ਸਾਹਿਬ ਗੱਲ ਵੀ ਨਹੀਂ ਕਰਦੇ ਪਏ ਉਹਨਾਂ ਨੂੰ ਚੱਜ ਨਾਲ। ਹਾਂਜੀ, ਮੰਗ ਸਾਰੇ ਆਦੀ ਹੋਏ ਆ, ਦਾਖਲ ਕੀਤਾ ਜਾਵੇ ਇੱਥੇ, ਤੇ ਨਹੀਂ ਦਾਖਲ ਕੀਤਾ ਜਾਂਦਾ ਆਪਾਂ ਰੋਡ ਜਾਮ ਕਰਾਂਗੇ। ਕਿੰਨੀ ਦੇਰ ਤੋਂ ਸਟ੍ਰੈਚਰ ਤੇ ਲੈ ਕੇ ਘੁੰਮਣਗੇ? ਸਰ 3 ਘੰਟੇ ਹੋ ਗਿਆ। 3 ਘੰਟੇ ਕੀ ਹੋ ਗਏ? ਤੇ ਸਟ੍ਰੈਚਰ ਤੇ ਪਾ ਕੇ ਲੰਮੇ ਪਏ ਘੁੰਮਦੇ ਫਿਰਦੇ, ਕਦੀ ਉਧਰ ਕਦੀ ਉਧਰ ਕਦੀ ਉਧਰ। ਇਹ ਸਰ ਡਾਕਟਰ ਸਾਹਿਬ ਜ਼ਿੰਮੇਵਾਰ ਹੈ ਮੇਨ ਕਿਹੜੇ ਇੱਥੋਂ ਦੇ, ਉਹ ਜ਼ਿੰਮੇਵਾਰ ਹੈ ਨਾ, ਉਹ ਜ਼ਿੰਮੇਵਾਰ ਹੁੰਦੇ ਨੇ। ਆਪਾਂ ਇੱਥੇ ਧਰਨਾ ਦੇਣ ਦੀ ਤਿਆਰੀ 'ਚ ਪੂਰੇ, ਆਪਾਂ ਰੋਡ ਜਾਮ ਕਰ ਸਕਦੇ ਹੁਣੇ। ਉੱਥੇ ਦੱਸਣਾ ਪੈਂਦਾ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜਦੋਂ ਇੱਕ ਬੱਚੇ ਦੀ ਮੌਤ ਹੋਈ ਸੀ ਤਾਂ ਉਸ ਤੋਂ ਬਾਅਦ ਬਚਾਅ ਦੇ ਵਿੱਚ ਡਾਕਟਰ ਨਜ਼ਰ ਆਏ ਸਨ, ਲੇਕਿਨ ਸਰਕਾਰੀ ਹਸਪਤਾਲਾਂ ਦੇ ਹਾਲਾਤ ਲਗਾਤਾਰ ਹੀ ਖਰਾਬ ਹੁੰਦੇ ਜਾ ਰਹੇ ਹਨ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਆਪਣੇ ਵਿਚਾਰ ਸਾਨੂੰ ਜ਼ਰੂਰ ਦੱਸੋ।